ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦੀਪਦਵਰਨ ਟੀਵੀ ਚੈਨਲ। ਅੱਜ ਅਸੀਂ ਤੁਹਾਨੂੰ ਉਹਨਾਂ ਦੋ ਸ਼ਖਸੀਅਤਾਂ ਦੇ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਦੀ ਉਮਰ ਤੇ ਬੜੀ ਛੋਟੀ ਆ, ਤੇ ਪਰ ਤੁਸੀਂ ਉਹਨਾਂ ਨੂੰ ਯੂਟਿਊਬ ਚੈਨਲਾਂ ਤੇ ਟੀਵੀ ਤੇ ਦੇਖਿਆ ਹੋਵੇਗਾ ਤੇ ਦੇਖ ਕੇ ਬੜੇ ਹੈਰਾਨ ਹੋਏ ਹੋਵੋਗੇ ਕਿ ਛੋਟੇ ਛੋਟੇ ਬੱਚੇ ਜਦੋਂ ਕਬੱਡੀ ਖੇਡਦੇ ਨੇ ਤੇ ਵੱਡਿਆਂ ਦੀ ਵੀ ਆਪਾਂ ਕਬੱਡੀ ਦੇਖਦੇ ਰਹੇ ਹਾਂ ਪਰ ਛੋਟਿਆਂ ਜਦੋਂ ਕਬੱਡੀ ਖੇਡੀਏ ਤੇ ਵੱਡਿਆਂ ਦੀ ਭੁੱਲ ਜਾਂਦੇ ਆ ਵੀ ਕਮਾਲ ਕਰੀ ਜਾਂਦੇ ਨੇ ਬੱਚੇ। ਮੈਂ ਵੀ ਬਹੁਤ ਵਾਰੀ ਉਹਨਾਂ ਦੀ ਕਬੱਡੀ ਦੇਖੀ ਆ ਤੇ ਮੈਂ ਕਈ ਵਾਰੀ ਆਪਣੇ ਬੱਚਿਆਂ ਨੂੰ ਵੀ ਉਹ ਕਬੱਡੀ ਦਿਖਾ ਦਿੰਦਾ ਵੀ ਤੁਸੀਂ ਵਿਹਲੇ ਕਈ ਵਾਰੀ ਬੈਠੇ ਰਹਿੰਦੇ ਹੋ, ਦੇਖੋ ਛੋਟੇ ਛੋਟੇ ਬੱਚੇ ਕਿਵੇਂ ਕਬੱਡੀ ਖੇਡਦੇ ਨੇ। ਇੱਕ ਦਾ ਨਾਮ ਟਾਈਗਰ ਹੈ ਔਰ ਦੂਜੇ ਦਾ ਨਾਮ ਕਮਾਂਡੋ, ਜਿਹੜੇ ਅੱਜ ਸਾਡੇ ਕੋਲੇ ਪਹੁੰਚੇ ਹੋਏ ਨੇ। ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਾਡੇ ਯੂਟਿਊਬ ਚੈਨਲ ਦੀਪਦਮ ਟੀਵੀ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ, ਤੁਸੀਂ ਜਿਹੜੀ ਕਬੱਡੀ ਖੇਡਦੇ ਹੋ, ਕਿੱਥੋਂ ਸ਼ੌਂਕ ਪੈਦਾ ਹੋਇਆ ਤੁਹਾਡੇ ਅੰਦਰ? ਕਿਉਂਕਿ ਅੱਜ ਕੱਲ੍ਹ ਦੇ ਬੱਚੇ ਤੇ ਮੋਬਾਈਲਾਂ ਦੇ ਵਿੱਚੋਂ ਹੀ ਨਹੀਂ ਬਾਹਰ ਨਿਕਲਦੇ, ਗੇਮਾਂ ਦੇ ਵਿੱਚੋਂ ਨਹੀਂ ਬਾਹਰ ਨਿਕਲਦੇ, ਪਰ ਤੁਸੀਂ ਕਬੱਡੀ ਖੇਡਦੇ ਹੋ, ਕਿਵੇਂ ਸ਼ੌਂਕ ਪੈਦਾ ਹੋਇਆ ਤੁਹਾਡਾ? ਪਹਿਲਾਂ ਹੀ ਮੈਂ ਕਬੱਡੀ ਹੈਪੀ ਬਾਲੀ ਹੋਣਾ ਨਾਲ ਜੇ ਉਹ ਗੇੜੇ ਲਾਉਣ ਜਾਂਦਾ ਹੁੰਦਾ ਗਰਾਊਂਡ, ਬਾਅਦ ਚ ਐਂ ਸ਼ੌਂਕ ਪੈ ਗਿਆ ਕਬੱਡੀ ਖੇਡਣ ਦਾ। ਪਹਿਲਾਂ ਕੱਲਾ ਗੇੜਾ ਲਾਉਣ ਹੀ ਜਾਂਦੇ ਸੀਗੇ, ਹਾਂਜੀ ਗਰਾਊਂਡ ਦੇ, ਫਿਰ ਸ਼ੌਂਕ ਪੈਦਾ ਹੋ ਗਿਆ। ਹਾਂਜੀ, ਟ੍ਰੇਨਿੰਗ ਕਿੱਥੋਂ ਲੈ ਰਹੇ ਹੋ ਕਬੱਡੀ ਦੀ? ਟ੍ਰੇਨਿੰਗ ਪਹਿਲਾਂ ਬਗੀਚੇ ਬਾਈ ਬਗੀਚੇ ਅੰਦਰ ਗੜੀਏ ਤੇ ਲਈ, ਬਾਅਦ ਚ ਕਾਕੇ ਸ਼ੇਖ ਦਾਲ ਤੇ। ਤੁਹਾਨੂੰ ਹੁਣ ਜਿਹੜਾ ਹੁੰਗਾਰਾ ਮਿਲ ਰਿਹਾ ਕਬੱਡੀ ਖੇਡਦਾ, ਕਿੰਨੀ ਕੁ ਸਪੋਰਟ ਮਿਲ ਰਹੀ ਹੈ? ਸਪੋਰਟ ਤਾਂ ਇਹ ਥੋੜੀ ਮਿਲ ਰਹੀ ਹੈ, ਜਿੰਨੀ ਸੋਚੀ ਉਨੀ ਨਹੀਂ, ਜਿੰਨਾ ਸੋਚਿਆ ਸੀਗਾ ਉਹਨਾਂ ਨਹੀਂ ਮਿਲੀ ਸਪੋਰਟ। ਇਹਨਾਂ ਦੇ ਨਾਲ ਹੀ ਬ੍ਰਦਰ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ। ਕੀ ਕਹਿਣਾ ਚਾਹੁੰਦੇ ਤੁਸੀਂ, ਕਿੰਨੀ ਕੁ ਸਪੋਰਟ ਤੁਹਾਨੂੰ ਕਬੱਡੀ ਖੇਡਣ ਦੇ ਵਿੱਚ, ਇਸ ਜੋ ਕਬੱਡੀ ਖੇਡਦੇ ਤੁਸੀਂ ਟੀਮ ਦੇ ਨਾਲ, ਕਿੰਨੀ ਕੁ ਸਪੋਰਟ ਮਿਲ ਰਹੀ ਹੈ ਤੁਹਾਨੂੰ? ਸਪੋਰਟ ਤਾਂ ਹੋਈ ਹੈ, ਜਿੰਨੀ ਉਮੀਦ ਸੀ ਪਰ ਉਨੀ ਸਪੋਰਟ ਨਹੀਂ ਹੋਈ। ਅੱਛਾ, ਕਿੰਨੀ ਕੁ ਉਮੀਦ ਰੱਖ ਕੇ ਬੈਠੇ ਹੋ ਤੁਸੀਂ? ਉਮੀਦ ਤਾਂ ਬਹੁਤ ਰੱਖੀ ਹੈ ਜੀ, ਪਰ ਉਨੀ ਸਪੋਰਟ ਨਹੀਂ ਹੁੰਦੀ। ਤੁਹਾਡਾ ਕੋਈ ਬਾਹਰ ਦਾ ਗੇੜਾ ਲੱਗਾ ਫੋਰਨ ਦਾ? ਨਹੀਂ ਜੀ, ਐਤਕੀ ਲੱਗਣਾ ਜੀ, ਐਤਕੀ ਲੋਕਡਾਊਨ ਲੱਗ ਗਿਆ ਜੀ। ਉਸ ਤੋਂ ਪਹਿਲਾਂ ਨਹੀਂ ਲੱਗਾ? ਨਹੀਂ, ਉਸ ਤੋਂ ਪਹਿਲਾਂ ਨਹੀਂ ਲੱਗਾ। ਕੀ ਜਾਣਾ ਚਾਹੁੰਦੇ ਹੋ ਤੁਸੀਂ, ਜੇ ਤੁਹਾਨੂੰ ਕੋਈ ਲੈ ਕੇ ਜਾਵੇ ਸਪਾਂਸਰ ਕਰਦਾ, ਤੁਹਾਨੂੰ ਜਾਣਾ ਚਾਹੁੰਦੇ ਹੋ ਟੀਮ ਤੁਹਾਡੀ? ਹਾਂਜੀ ਹਾਂਜੀ, ਟੀਮ ਤਾਂ ਜਾਣਾ ਚਾਹੁੰਦੀ ਆ ਜੀ। ਘਰ ਦੇ ਹਾਲਾਤ ਕਿਵੇਂ ਦੇ ਨੇ ਤੁਹਾਡੇ? ਘਰ ਦੇ ਹਾਲਾਤ ਤਾਂ ਜੀ ਠੀਕ ਹੀ ਆ ਜੀ, ਮਾੜੇ ਹੀ ਆ ਜੀ। ਮੈਂ ਸੁਣਿਆ ਸੀਗਾ ਤੁਹਾਡੇ ਮਾਤਾ ਜੀ ਵੀ ਕੁਝ ਠੀਕ ਨਹੀਂ ਰਹਿੰਦੇ, ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ? ਬਸ ਇਹੀ ਆ ਜੀ, ਵੱਧ ਤੋਂ ਵੱਧ ਮਦਦ ਹੋ ਜੀ। ਉਹਨਾਂ ਦਾ ਇਲਾਜ ਚੱਲ ਰਿਹਾ ਕਿਤੇ? ਹਾਂਜੀ, ਇਲਾਜ ਚੱਲਦਾ ਜੀ, DMC ਚੱਲਦਾ ਜੀ ਲੁਧਿਆਣੇ। ਤੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ? ਪਿਤਾ ਜੀ ਬਸ ਕੋਚ ਆ ਕਬੱਡੀ ਦੇ। ਅੱਛਾ, ਪਿਤਾ ਜੀ ਵੀ ਕਬੱਡੀ ਦੇ ਕੋਚ ਨੇ। ਔਰ ਕੋਈ ਆਮਦਨ ਦਾ ਸਾਧਨ ਤੁਹਾਡੇ ਕੋਲੇ? ਨਹੀਂ ਜੀ, ਹੋਰ ਤਾਂ ਕੋਈ ਨਹੀਂ ਆਮਦਨ। ਤੇ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ, ਜਾਂ ਆਪਾਂ ਅੱਜ ਸਰਕਾਰਾਂ ਦੀ ਗੱਲ ਕਰ ਲਈਏ, ਵੀ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਵੀ ਕਬੱਡੀ ਸਾਡੀ ਜਿਹੜੀ ਆ ਮਾਂ ਖੇਡ ਨੂੰ ਕਿਹਾ ਜਾਂਦਾ ਹੈ ਕਿ ਕਬੱਡੀ ਨੂੰ ਅਸੀਂ ਬਹੁਤ ਉੱਚਾ ਚੁੱਕ ਕੇ ਲੈ ਕੇ ਜਾਣਾ, ਸਾਡੀ ਇਹ ਮੇਨ ਜਿਹੜੀ ਪੰਜਾਬ ਦੀ ਕਬੱਡੀ ਮੰਨੀ ਗਈ ਹੈ, ਉਹਨਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਸ ਸਰਕਾਰਾਂ ਨੂੰ ਇਹੀ ਹੈ, ਕਬੱਡੀ ਦੇ ਮੈਚ ਲਾ ਦੇਣ ਜੀ ਹੁਣ। ਹੁਣ ਤਾਂ ਹੀ ਕਰੋਨਾ ਖਤਮ ਹੋ ਗਿਆ ਜੀ, ਮੈਚ ਲਾ ਦੇਣ ਕਬੱਡੀ ਦੇ। ਤੇ ਖੁਸ਼ ਆ ਤੁਸੀਂ? ਹਾਂਜੀ ਹਾਂਜੀ, ਫੇਰ ਤਾਂ ਖੁਸ਼। ਅੱਜ ਇੱਥੇ ਬਹੁਤ ਜ਼ਿਆਦਾ ਕਬੱਡੀ ਦੇ ਜਿਹੜੇ ਆਪਣੇ ਇਕੱਠੇ ਹੋਏ ਸੀਗੇ, ਭਲਵਾਨ ਪਹਿਲਵਾਨ ਕਬੱਡੀ ਦੇ ਇਕੱਠੇ ਹੋਏ ਸੀਗੇ, ਉਹਨਾਂ ਦਾ ਵੀ ਸ਼ਾਇਦ ਮੰਗ ਇਹੀ ਸੀਗੀ ਵੀ ਕਬੱਡੀ ਜਿਹੜੇ ਮੈਚ ਨੇ ਉਹ ਚਲਾਏ ਜਾਣ, ਤਾਂ ਜੋ ਇਹਨਾਂ ਦਾ ਵੀ ਜਿਹੜਾ ਕਹਿ ਸਕਦੇ ਹਾਂ ਆਪਾਂ ਵੀ ਰੁਜ਼ਗਾਰ ਹੈ ਨੌਜਵਾਨਾਂ ਦਾ, ਉਹ ਵੀ ਚੱਲ ਸਕੇ। ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅੱਜ ਕੱਲ੍ਹ ਤੁਹਾਡੀ ਬਰਾਬਰ ਦੇ ਜਿਹੜੇ ਬੱਚੇ ਨੇ, ਨੌਜਵਾਨ ਵੀ ਕਹਿ ਸਕਦੇ ਹਾਂ ਬੱਚੇ, ਕਿਉਂਕਿ ਤੁਸੀਂ ਨੌਜਵਾਨ ਹੀ ਹੋ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਆ, ਵੱਧ ਤੋਂ ਵੱਧ ਕਬੱਡੀ ਆ ਲਾਉਣ ਜੀ, ਮੋਬਾਈਲਾਂ ਦਾ ਖੇੜਾ ਛੱਡ ਦੇ। ਤੁਸੀਂ ਵੀ ਮੋਬਾਈਲ ਤੇ ਖੇਡਦੇ ਹੋ? ਨਹੀਂ, ਅਸੀਂ ਤਾਂ ਮੋਬਾਈਲ ਤੇ ਨਹੀਂ ਖੇਡਦੇ। ਤੁਸੀਂ ਮੋਬਾਈਲ ਤੇ ਗੇਮ ਕੋਈ ਵਗੈਰਾ ਕੁਝ ਜਾਂ ਯੂਟਿਊਬ ਤੇ ਖੇਡਦੇ ਹੋ ਕੁਛ? ਨਹੀਂ, ਕੁਛ ਨਹੀਂ ਖੇਡਦੇ। ਮੈਂ ਕਬੱਡੀ ਖੇਡਦੇ ਹੋ? ਦੇਖੋ ਇਹ ਬੱਚੇ ਨੇ ਜਿਹੜੇ ਇਹ ਗੱਲ ਕਹਿ ਰਹੇ ਨੇ ਵੀ ਜਿਹੜੇ ਸਾਡੀ ਉਮਰ ਦੇ ਨੇ, ਮੋਬਾਈਲਾਂ ਨੇ ਕੁਛ ਨਹੀਂ ਦੇਣਾ, ਮੋਬਾਈਲਾਂ ਦਾ ਖਹਿੜਾ ਛੱਡ ਦਿਓ, ਗੇਮਾਂ ਦਾ ਖਹਿੜਾ ਛੱਡ ਦਿਓ ਮੋਬਾਈਲਾਂ ਵਿੱਚੋਂ ਜਿਹੜੀਆਂ ਤੁਸੀਂ ਖੇਡਦੇ ਹੋ, ਤੇ ਕਬੱਡੀ ਵਾਲੇ ਪਾਸੇ ਆਓ, ਜੋ ਫਿਜ਼ੀਕਲ ਤੁਹਾਨੂੰ ਜਿਹੜੀ ਮਜ਼ਬੂਤੀ ਮਿਲੇਗੀ, ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ, ਕਿਉਂਕਿ ਗੁਰੂਆਂ ਦੀ ਇਹ ਦੇਣ ਹੈ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਜੋ ਮੱਲ ਅਖਾੜਾ ਗੁਰਦੁਆਰਾ ਅੱਜ ਵੀ ਉੱਥੇ ਮੌਜੂਦ ਹੈ, ਉਹਨਾਂ ਨੇ ਕਬੱਡੀ ਖੇਡ ਸਾਡੇ ਗੁਰੂਆਂ ਨੇ ਆਰੰਭ ਕੀਤੀ ਸੀਗੀ, ਤੇ ਸਾਨੂੰ ਸੰਭਾਲਣ ਦੀ ਲੋੜ ਹੈ। ਇਹਨਾਂ ਬੱਚਿਆਂ ਦੀ ਸਾਨੂੰ ਵੱਧ ਚੜ ਕੇ ਸਪੋਰਟ ਕਰਨੀ ਚਾਹੀਦੀ ਹੈ। ਜੇ ਸਰਕਾਰਾਂ ਨਹੀਂ ਕਰਦੀਆਂ, ਢੱਠੇ ਖੂਹ ਚ ਪੈਣ, ਸਰਕਾਰਾਂ ਨਾ ਕਰਨ, ਕਿਉਂਕਿ ਸਰਕਾਰਾਂ ਤੇ ਖਤਮ ਕਰਨ ਦਾ ਯਤਨ ਕਰ ਰਹੀਆਂ ਨੇ, ਇਹਨਾਂ ਨੌਜਵਾਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਸਾਨੂੰ ਫਰਜ਼, ਸਾਡਾ ਫਰਜ਼ ਬਣਦਾ ਜਿਹੜੇ ਸਾਡੇ ਵੀਰ ਨੇ, NRI ਵੀਰ ਜਾਂ ਕਬੱਡੀ ਨੂੰ ਅਥਾਹ ਪਿਆਰ ਕਰਨ ਵਾਲੇ, ਉਹਨਾਂ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਦੀ ਵੱਧ ਤੋਂ ਵੱਧ ਜਿਹੜੀ ਆ ਸਪੋਰਟ ਕਰਨ। ਹਾਂ, ਜਿਵੇਂ ਅੱਜ ਕੱਲ੍ਹ ਜਿਹੜਾ ਨਸ਼ੇ ਦਾ ਦੌਰ ਚੱਲ ਰਿਹਾ ਵਾ, ਲੋਕਾਂ ਵੱਲੋਂ ਵੀ
एक शिकवा हैगा जिथे कबड्डी मैच होके हटदा उत्थे सरिंजां टीके उत्थे नशे वाले जिहड़े पत्ते गोलियां दे पए हुंदे ने ते लोकां दा कहना वा ਤੇ ਇਹ ਜਿਹੜੇ ਕਬੱਡੀ ਪਲੇਅਰ ਨੇ ਇਹ ਟੀਕਾ ਲਾ ਕੇ ਇੰਜੈਕਸ਼ਨ ਲਾ ਕੇ ਟੀਕੇ ਦਾ ਗੋਲੀਆਂ ਖਾ ਕੇ ਨਸ਼ੇ ਵਾਲੀਆਂ ਜਾਂ ਨਸ਼ਾ ਖਾ ਕੇ ਕਬੱਡੀ ਖੇਡਦੇ ਆ ਆਪਾਂ ਇਸ ਬੱਚੇ ਬਾਰੇ ਪੁੱਛਣ ਦਾ ਯਤਨ ਕਰਦੇ ਆ ਕੀ ਮੰਨਦੇ ਹੋ ਤੁਸੀਂ ਇਹ ਸਭ ਝੂਠ ਹੈ ਇਹ ਕਬੱਡੀ ਨੂੰ ਬਦਨਾਮ ਕਰਦੇ ਤੇ ਜਿਹੜੇ ਉੱਥੇ ਸਰਿੰਜਾਂ ਪਈਆਂ ਹੁੰਦੀਆਂ ਨੇ ਉਹਦੇ ਅਰੇ ਇੱਕ ਸ਼ੇਰ ਗਾ ਦਿੰਦੇ ਹੈ ਸ਼ੇਰ ਗਾ ਦਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਸਪੀਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਸ਼ਿਆਂ ਪ੍ਰਤੀ ਤੂੰ ਪੰਜਾਬ ਦਾ ਵਾਰਸ ਹੋ ਭਗਤ ਸਰਾਬਿਆਂ ਦਾ ਤੂੰ ਪੰਜਾਬ ਦਾ ਵਾਰਸ ਹੋ ਭਗਤ ਸਰਾਬਿਆਂ ਦਾ ਤੇਰੇ ਰਗਾਂ ਚ ਖੂਨ ਦੌੜਦਾ ਗਦਰੀ ਬਾਬਿਆਂ ਦਾ ਜਿਹੜੀਆਂ ਗੱਲਾਂ ਅੱਜ ਮੈਂ ਕਹਤੀਆਂ ਮੁੜ ਕਿਸੇ ਨੇ ਕਹਿਣੀਆਂ ਨੀ ਆ ਟੀਕੇ ਵਾਲੇ ਖੂਨ ਚ ਮਿੱਤਰਾਂ ਅਣਖਾਂ ਰਹਿਣੀਆਂ ਨੀ ਆ ਚਿੱਟੇ ਵਾਲੇ ਖੂਨ ਚ ਮਿੱਤਰਾਂ ਅਣਖਾਂ ਰਹਿਣੀਆਂ ਨੀ ਵਾਹ 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 ਹੋਰ ਹੋਰ ਕੀ ਕਹਿਣਾ ਚਾਹੁੰਦੇ ਜਿਹੜੇ ਨਸ਼ਾ ਮੰਨ ਲਓ ਜਿਹੜੇ ਨਸ਼ਾ ਕਰਕੇ ਖੇਡਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਏ ਨਸ਼ਾ ਨਾ ਕਰਕੇ ਖੇਡੇ ਕੌਣ ਨੀ ਮਿਲਣਾ ਹੀ ਨਸ਼ੇ ਬਗੈਰ ਨਸ਼ੇ ਤੋਂ ਬਗੈਰ ਖੇਡਣ ਨਸ਼ਾ ਕਰਕੇ ਨਾ ਖੇਡਣ ਤੁਸੀਂ ਦੇਖਦੇ ਰਹੋ ਦੀਪ ਦਮਨ ਟੀਵੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।